ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਸ਼ਮੀਰ ਸਿੰਘ। ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਲਾਨਾ ਗੁਪਤ ਰਿਪੋਰਟ ACR ਸੰਬੰਧੀ ਜਾਣਕਾਰੀ ਸਾਂਝੀ ਕਰਾਂਗਾ। ਦੋਸਤੋ, ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਪੰਜਾਬੀ ਵਿੱਚ ਜਾਣਕਾਰੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਦੋਸਤੋ, ਇਸ ਵੀਡੀਓ ਦਾ ਮੁੱਖ ਮਕਸਦ ਜਾਣਕਾਰੀ ਉਪਲਬਧ ਕਰਵਾਉਣਾ ਹੈ। ਦੋਸਤੋ, ਹਰ ਸਾਲ ਸਰਕਾਰੀ ਕਰਮਚਾਰੀ ਦੀ ਗੁਪਤ ਰਿਪੋਰਟ ਦਰਜ ਹੁੰਦੀ ਆ ਜੀ। ਦੋਸਤੋ, ਜਿਹੜਾ ਇਹ ਕਰਮਚਾਰੀ ਦਾ ਗੁਪਤ ਰਿਕਾਰਡ ਹੁੰਦਾ ਹੈ, ਇਹ ਤਰੱਕੀ ਲਈ ACP ਦੇ ਕੇਸਾਂ ਵਾਸਤੇ, ਸਜ਼ਾ ਅਤੇ ਅਪੀਲ ਵਾਸਤੇ, ਪੈਨਸ਼ਨ ਕੇਸ ਵਾਸਤੇ ਅਤੇ ਕੁਝ ਹੋਰ ਮੈਟਰ ਹੁੰਦੇ ਆ ਜੀ, ਜਿਨ੍ਹਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੀ। ਦੋਸਤੋ, ACR ਲਿਖਣ ਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਨਿਯੁਕਤੀ ਅਧਿਕਾਰੀ ਪਾਸ ਹਰ ਇੱਕ ਕਰਮਚਾਰੀ ਦਾ ਸਹੀ ਮੁਲਾਂਕਣ ਹੋਵੇ ਤਾਂ ਜੋ ਭਵਿੱਖ ਵਿੱਚ ਉਸਨੂੰ ਤਰੱਕੀ ਦੇਣ ਲੱਗੇ ਜਾਂ ਕੋਈ ਹੋਰ ਜ਼ਿੰਮੇਵਾਰੀ ਦੇਣ ਲੱਗੇ ਲਈ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਹ ਅਜਿਹੀ ਜ਼ਿੰਮੇਵਾਰੀ ਕਿੱਥੋਂ ਤੱਕ ਨਿਭਾ ਸਕਦਾ ਹੈ। ਦੋਸਤੋ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ACR ਘੱਟ ਤੋਂ ਘੱਟ ਦੋ ਅਧਿਕਾਰੀਆਂ ਵੱਲੋਂ ਲਿਖੀ ਜਾਣੀ ਚਾਹੀਦੀ ਆ। ਜੇਕਰ ਦੋ ਤੋਂ ਘੱਟ ਅਧਿਕਾਰੀ ਨੂੰ ਦਰਜ ਕਰਦੇ ਆ ਤਾਂ ਉਹ ਇਨਵੇਲਡ ਮੰਨੀ ਜਾਵੇਗੀ। ਦੋਸਤੋ, ਸੈਲਫ ਅਪਰੇਜ਼ਲ ਦਾ ਫਾਰਮ ਆਪਾਂ ਨੂੰ ਭਰਨਾ ਹੁੰਦਾ ਹੈ। ਸੈਲਫ ਅਪਰੇਜ਼ਲ ਦਾ ਮਤਲਬ ਦੋਸਤੋ ਹੁੰਦਾ ਵੀ ਖੁਦ ਦਾ ਮੁਲਾਂਕਣ, ਤੁਸੀਂ ਆਪਣੇ ਆਪ ਨੂੰ ਕਿੱਥੋਂ ਤੱਕ ਆਂਕਦੇ ਹੋ। ਦੋਸਤੋ, ਆਪਣਾ ਫਾਰਮ ਭਰਨ ਤੋਂ ਬਾਅਦ ਤੁਸੀਂ ਰਿਪੋਰਟਿੰਗ ਅਧਿਕਾਰੀ ਨੂੰ ਦਿੰਦੇ ਆ। ਰਿਪੋਰਟਿੰਗ ਅਧਿਕਾਰੀ ਤੋਂ ਬਾਅਦ ਇਹ ਰਿਵਿਊ ਅਧਿਕਾਰੀ ਕੋਲ ਪਹੁੰਚ ਜਾਂਦਾ ਹੈ ਜੀ। ਰਿਵਿਊ ਅਧਿਕਾਰੀ ਆਪਣੀ ਟਿੱਪਣੀ ਸਮੇਤ ਇਹਨੂੰ ਪ੍ਰਵਾਨਕਰਤਾ ਹੈੱਡ ਆਫ ਡਿਪਾਰਟਮੈਂਟ ਨੂੰ ਭੇਜ ਦਿੰਦਾ ਹੈ। ਪ੍ਰਵਾਨਕਰਤਾ ਤੋਂ ਬਾਅਦ ਤੁਹਾਡੀ ਜੋ ਵੀ ਰਿਪੋਰਟ ਹੋਵੇਗੀ ਉਹ ਮਿਸਲ ਵਿੱਚ, ਤੁਹਾਡੀ ਗੁਪਤ ਮਿਸਲ ਵਿੱਚ ਰਿਕਾਰਡ ਹੋ ਜਾਵੇਗੀ, ਦਰਜ ਕਰ ਦਿੱਤੀ ਜਾਵੇਗੀ। ਦੋਸਤੋ, ਗੁਪਤ ਰਿਕਾਰਡ ਹੁੰਦਾ ਜਿਹੜਾ ਜੀ, ਜਿਹੜੀ ਗੁਪਤ ਰਿਪੋਰਟ ਆਪਣੀ, ਇਹ ਵਿੱਤੀ ਸਾਲ ਅਪ੍ਰੈਲ ਤੋਂ ਲੈ ਕੇ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦਰਜ ਹੁੰਦੀ ਆ ਜੀ। ਜੇਕਰ ਦੋਸਤੋ ਸਮਾਂ 3 ਮਹੀਨੇ ਤੋਂ ਘੱਟ ਦਾ ਹੋਵੇ ਤਾਂ 9 ਰਿਪੋਰਟ ਦਰਜ ਕੀਤੀ ਜਾਂਦੀ ਆ। ਅਤੇ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਕਿਸੇ ਖਾਸ ਸਮੇਂ ਦੀ ਜੇਕਰ ACR ਤੁਹਾਨੂੰ ਚਾਹੀਦੀ ਆ ਤਾਂ ਤੁਸੀਂ ਆਪਣੀ ਪ੍ਰਤੀ ਬੇਨਤੀ ਦੇ ਕੇ ਉਸ ਸਮੇਂ ਦੀ ACR ਲਿਖਵਾ ਸਕਦੇ ਆ। ਦੋਸਤੋ, ਰਿਪੋਰਟ ਕਰਤਾ ਅਧਿਕਾਰੀ ਨੂੰ ਇਹ ਮਹਿਸੂਸ ਕਰਨਾ ਹੁੰਦਾ ਹੈ ਕਿ ਜਿਹੜਾ ਆਪਣੀ ACR ਲਿਖ ਰਿਹਾ ਹੈ ਤਾਂ ਉਹਦਾ ਉਦੇਸ਼ ਉਸ ਕਰਮਚਾਰੀ ਦਾ ਵਿਕਾਸ ਕਰਨਾ ਹੈ ਤਾਂ ਕਿ ਉਹ ਆਪਣੀ ਅਸਲ ਸਮਰੱਥਾ ਨੂੰ ਪਹਿਚਾਣ ਸਕੇ। ਇਹ ਖਾਮੀਆਂ ਲੱਭਣ ਦੀ ਕੋਈ ਕਾਰਵਾਈ ਨਹੀਂ। ਦੋਸਤੋ, ਹਰ ਇੱਕ ਕਰਮਚਾਰੀ ਵਿੱਚ ਕਮੀਆਂ ਹੁੰਦੀਆਂ ਜੀ, ਪਰ ਇਹ ਨਹੀਂ ਹੈਗਾ ਵੀ ਤੁਸੀਂ ਛੋਟੀਆਂ ਛੋਟੀਆਂ ਕਮੀਆਂ ਨੂੰ ਉਹਦੇ ਵਿੱਚੋਂ ਲੱਭੋ ਅਤੇ ਉਹ ACR 'ਚ ਦਰਜ ਕਰੋ। ਦੋਸਤੋ, ਰਿਪੋਰਟ ਲਿਖਣ ਵਾਲਾ ਅਧਿਕਾਰੀ ਅਤੇ ਰਿਵਿਊ ਕਰਤਾ ਅਧਿਕਾਰੀ ਜਿਸ ਦੀ ਰਿਪੋਰਟ ਲਿਖੀ ਜਾਣੀ ਆ ਉਸਦੇ ਕੰਮ ਪ੍ਰਤੀ ਕਮੀਆਂ, ਵਤੀਰਾ ਅਤੇ ਉਸਦੇ ਸਮੁੱਚੀ ਵਿਅਕਤੀਤਵ ਬਾਰੇ ਰਿਪੋਰਟ ਕੀਤੀ ਜਾਣੀ ਆ। ਦੋਸਤੋ, ਹਰ ਇੱਕ ਅਫਸਰ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਅਧੀਨ ਕਰਮਚਾਰੀਆਂ ਦੀ ਗੁਪਤ ਰਿਪੋਰਟ ਸਾਲ ਦੇ ਅੰਤ ਵਿੱਚ ਜ਼ਰੂਰ ਦਰਜ ਕਰੇ। ਗੁਪਤ ਕਰਮਚਾਰੀ ਦਾ ਜਿਹੜਾ ਗੁਪਤ ਰਿਕਾਰਡ ਆ ਜੀ, ਉਹ ਅਪ ਟੂ ਡੇਟ ਹੋਣਾ ਚਾਹੀਦਾ ਹੈ। ਦੋਸਤੋ, ਜੇਕਰ ਕਿਸੇ ਕਾਰਨ ਕਿਸੇ ਕਰਮਚਾਰੀ ਦੇ ਰਿਕਾਰਡ ਵਿੱਚ ਪ੍ਰਤੀਕੂਲ ਕਥਨ ਦਰਜ ਹੋ ਜਾਣ ਤਾਂ ਸਾਰੀ ਸਰਵਿਸ 'ਤੇ ਉਹਦਾ ਬਹੁਤ ਜ਼ਿਆਦਾ ਭੈੜਾ ਅਸਰ ਪੈਂਦਾ ਹੈ। ਇਸ ਦੇ ਕਾਰਨ ਤਰੱਕੀ ਜਾਬ ਹੋਣ ਦਾ, ACP ਦਾ, ਪਰਖ ਕਾਲ ਦਾ ਸਮਾਂ ਅੱਗੇ ਪੈ ਸਕਦਾ ਜੀ। ਦੋਸਤੋ, ਜੇਕਰ ਕਿਸੇ ਕਰਮਚਾਰੀ ਦੇ ਪ੍ਰਤੀਕੂਲ ਕਥਨ ਦਰਜ ਹੋ ਗਏ ਰਿਪੋਰਟ ਵਿੱਚ ਤਾਂ ਉਸਨੂੰ ਇਹ ਇਸ ਲਈ ਦੱਸੇ ਜਾਂਦੇ ਆ ਤਾਂ ਕਿ ਉਹ ਇਹਨਾਂ ਨੂੰ ਦੂਰ ਕਰ ਸਕੇ ਅਤੇ ਆਪਣੇ ਵਿੱਚ ਸੁਧਾਰ ਕਰ ਸਕੇ। ਜੇਕਰ ਕਿਸੇ ਕਰਮਚਾਰੀ ਦੀ ACR ਵਿੱਚ ਪ੍ਰਤੀਕੂਲ ਕਥਨ ਆ ਜਿਹੜੇ ਉਹ ਮੰਦ ਭਾਵਨਾ ਨਾਲ ਜਾਂ ਗਲਤੀ ਨਾਲ ਦਰਜ ਹੋ ਗਏ ਤਾਂ ਉਹ ਵਿਚਾਰਨਯੋਗ ਆ ਜੀ। ਕਰਮਚਾਰੀ ਆਪਣੇ ਪ੍ਰਤੀਕੂਲ ਕਥਨਾਂ ਨੂੰ ਖਾਰਜ ਕਰਵਾਉਣ ਵਾਸਤੇ ਆਪਣੀ ਪ੍ਰਤੀ ਬੇਨਤੀ ਹੈੱਡ ਆਫ ਡਿਪਾਰਟਮੈਂਟ ਨੂੰ ਭੇਜ ਸਕਦਾ ਜੀ ਅਤੇ ਉਹਨੂੰ ਆਪਣੇ ਪ੍ਰਤੀਕੂਲ ਕਥਨਾਂ ਵਿਰੁੱਧ ਸਫਾਈ ਪੇਸ਼ ਕਰਨ ਦਾ ਪੂਰਾ ਪੂਰਾ ਹੱਕ ਆ ਜੀ। ਪਰ ਕਰਮਚਾਰੀ ਨੂੰ ਇਹ ਹੱਕ ਨਹੀਂ ਹੈਗਾ ਵੀ ਜਦੋਂ ਉਹਨੇ ਆਪਣੀ ਬੇਨਤੀ ਭੇਜਣੀ ਆ ਤਾਂ ਉਹ ਉਸ ਅਧਿਕਾਰੀ ਵਿਰੁੱਧ ਜਿਸਨੇ ਉਹਦੇ ਵਿਰੁੱਧ ਪ੍ਰਤੀਕੂਲ ਕਥਨ ਦਰਜ ਕਰ ਰਹੇ ਆ ਉਹਦੇ ਵਿਰੁੱਧ ਕੋਈ ਜਾਤੀ ਚਿੱਕੜ ਸੁੱਟੇ ਜਾਂ ਉਹਦੇ ਵਿਰੁੱਧ ਕੋਈ ਮਨ ਦਾ ਉਬਾਲ ਕੱਢੇ ਜਾਂ ਬੇਬੁਨਿਆਦ ਉਹਦੇ ਵਿਰੁੱਧ ਦੋਸ਼ ਲਗਾਵੇ। ਜੇਕਰ ਦੋਸਤੋ ਕੋਈ ਕਰਮਚਾਰੀ ਆਪਣੀ ਪ੍ਰਤੀ ਬੇਨਤੀ ਵਿੱਚ ਅਜਿਹਾ ਕੰਮ ਕਰਦਾ ਹੈ ਤਾਂ ਉਹਦੀ ਬੇਨਤੀ ਆ ਜਿਹੜੀ ਉਸੇ ਸਮੇਂ ਰੱਦ ਕਰ ਦਿੱਤੀ ਜਾਊਗੀ ਅਤੇ ਉਹਦੇ ਵਿਰੁੱਧ ਅਨੁਸ਼ਾਸਨਹੀਣਤਾ ਮੰਨਦੇ ਹੋਏ 1966 ਦੇ ਨਿਯਮਾਂ ਅਧੀਨ ਕਾਰਵਾਈ ਕੀਤੀ ਜਾ ਸਕਦੀ ਆ ਜੀ। ਦੋਸਤੋ, ਜੇਕਰ ਕਿਸੇ ਕਰਮਚਾਰੀ ਦੇ ਪ੍ਰਤੀਕੂਲ ਕਥਨ ਦਰਜ ਹੋ ਗਏ
ਅਤੇ ਉਹ ਆਪਣੀ ਪ੍ਰਤੀ ਬੇਨਤੀ ਭੇਜਦਾ ਹੈ ਤਾਂ ਜਿਹੜਾ ਹੈੱਡ ਆਫ ਡਿਪਾਰਟਮੈਂਟ ਆ ਉਹਨੂੰ ਇਹ 3 ਮਹੀਨੇ ਦੇ ਵਿੱਚ ਵਿੱਚ ਦੋਸਤੋ ਫੈਸਲਾ ਕਰਨਾ ਹੁੰਦਾ ਹੈ ਵੀ ਜਿਹੜੇ ਇਹ ਪ੍ਰਤੀਕੂਲ ਕਥਨ ਆ ਇਹ ਉਹਦੀ ਰਿਪੋਰਟ ਵਿੱਚ ਦਰਜ ਕਰਨੇ ਆ ਜਾਂ ਇਹ ਪ੍ਰਤੀਕੂਲ ਕਥਨ ਆ ਉਹ ਖਾਰਜ ਕਰਨੇ ਆ। ਦੋਸਤੋ 30 ਨਵੰਬਰ ਤੱਕ ਹੈੱਡ ਆਫ ਡਿਪਾਰਟਮੈਂਟ ਨੇ ਇੱਕ ਤਸਦੀਕਸ਼ੁਦਾ ਸਰਟੀਫਿਕੇਟ ਦੇਣਾ ਹੁੰਦਾ ਜੀ ਪ੍ਰਬੰਧਕੀ ਸਕੱਤਰ ਨੂੰ ਆਪਣੇ ਨੂੰ ਵੀ ਜਿੰਨੇ ਵੀ ਉਸ ਅਧੀਨ ਕਰਮਚਾਰੀ ਆ ਉਹਨਾਂ ਦੀਆਂ ਗੁਪਤ ਰਿਪੋਰਟਾਂ ਏ ਉਹ ਸਹੀ ਢੰਗ ਨਾਲ ਰਿਕਾਰਡ ਕਰ ਲਈਆਂ ਗਈਆਂ ਹਨ ਅਤੇ ਗੁਪਤ ਮਿਸਲ ਵਿੱਚ ਰੱਖ ਦਿੱਤੀਆਂ ਗਈਆਂ। ਕਰਮਚਾਰੀ ਦੀ ਗੁਪਤ ਰਿਪੋਰਟ ਹਰ ਹਾਲ ਵਿੱਚ ਲਿਖੀ ਜਾਣੀ ਚਾਹੀਦੀ ਆ ਜੀ। ਜੇਕਰ ਕਿਸੇ ਕਾਰਨ ਕਰਮਚਾਰੀ ਦੀ ਗੁਪਤ ਰਿਪੋਰਟ ਆ ਜਿਹੜੀ 31 ਦਸੰਬਰ ਤੱਕ ਕਾਡਰ ਕੰਟਰੋਲ ਅਥਾਰਟੀ ਨੂੰ ਪ੍ਰਾਪਤ ਨਹੀਂ ਹੁੰਦੀ ਤਾਂ ਸਰਕਾਰ ਦੀਆਂ ਹਦਾਇਤਾਂ ਅਧੀਨ ਇਸ ਸਮੇਂ ਦੀ ਰਿਪੋਰਟ ਨੂੰ ਨੋ ਰਿਪੋਰਟ ਰਿਕਾਰਡ ਕੀਤਾ ਜਾਵੇਗਾ। ਦੋਸਤੋ ਗੁਪਤ ਰਿਪੋਰਟਾਂ ਸਮੇਂ ਸਿਰ ਰਿਕਾਰਡ ਕਰਨ ਸੰਬੰਧੀ ਸਮਾਂ ਸਾਰਣੀ ਨਿਸ਼ਚਿਤ ਕੀਤੀ ਹੋਈ ਹੈ ਜੀ। ਦੋਸਤੋ 30 ਜੂਨ ਤੱਕ ਜਿਹੜਾ ਰਿਪੋਰਟਕਰਤਾ ਅਧਿਕਾਰੀ ਆ ਉਹਨੇ ਆਪਣੇ ਕਥਨ ਦਰਜ ਕਰਨੇ ਹੁੰਦੇ ਆ ਜੀ ਅਤੇ ਰਿਵਿਊ ਕਰਤਾ ਅਧਿਕਾਰੀ ਨੇ 15 ਅਗਸਤ ਤੱਕ ਅਤੇ ਜਿਹੜਾ ਪ੍ਰਵਾਨਕਰਤਾ ਹੈੱਡ ਆਫ ਡਿਪਾਰਟਮੈਂਟ ਉਹਨੇ 30 ਸਤੰਬਰ ਤੱਕ ਆਪਣੇ ਜਿਹੜੇ ਇਹ ਆ ਕਥਨ ਆ ਇਹਦੇ ਵਿੱਚ ਦਰਜ ਕਰਨੇ ਹੁੰਦੇ ਆ ਜੀ ACR ਦੇ ਵਿੱਚ। ਜੇਕਰ ਕਿਸੇ ਕਰਮਚਾਰੀ ਦੀ ਸਾਲਾਨਾ ਗੁਪਤ ਰਿਪੋਰਟ 30 ਸਤੰਬਰ ਤੱਕ ਕਾਡਰ ਕੰਟਰੋਲ ਅਥਾਰਟੀ ਨੂੰ ਪ੍ਰਾਪਤ ਨਹੀਂ ਹੁੰਦੀ ਹੈੱਡ ਆਫ ਡਿਪਾਰਟਮੈਂਟ ਨੂੰ ਪ੍ਰਾਪਤ ਨਹੀਂ ਹੁੰਦੀ ਤਾਂ ਉਹ ਉਹਨਾਂ ਅਧਿਕਾਰੀਆਂ ਵਿਰੁੱਧ ਜਿਨ੍ਹਾਂ ਅਧਿਕਾਰੀਆਂ ਨੇ ਇਹ ਰਿਪੋਰਟ ਦਰਜ ਕਰਨੀ ਹੁੰਦੀ ਹੈ ਲਿਖਣੀ ਹੁੰਦੀ ਹੈ ਜੀ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰੇਗਾ ਜੀ ਅਤੇ ਨਾਲ ਲੱਗਦੇ ਉਹਨੂੰ ਇੱਕ ਮੌਕਾ ਦਿੱਤਾ ਜਾਊਗਾ ਤਾਂ ਕਿ ਉਹ ਸੰਬੰਧਿਤ ਕਰਮਚਾਰੀ ਦੀ ਗੁਪਤ ਰਿਪੋਰਟ ਲਿਖ ਸਕੇ। ਜੇਕਰ ਦੋਸਤੋ ਫਿਰ ਵੀ ਕਿਸੇ ਕਾਰਨ ਗੁਪਤ ਰਿਪੋਰਟ ਆ ਕਾਡਰ ਕੰਟਰੋਲ ਅਥਾਰਟੀ ਨੂੰ ਪ੍ਰਾਪਤ ਨਹੀਂ ਹੁੰਦੀ ਤਾਂ ਉਹ ਅਜਿਹੇ ਅਧਿਕਾਰੀ ਵਿਰੁੱਧ ਛੋਟੀ ਸਜ਼ਾ ਦੇਣ ਸੰਬੰਧੀ ਕਾਰਵਾਈ ਕਰੇਗਾ ਜੀ। ਜੇਕਰ ਦੋਸਤੋ ਕਿਸੇ ਕਰਮਚਾਰੀ ਨੂੰ ਇਨਾਮ ਪ੍ਰਾਪਤ ਹੁੰਦਾ ਹੈ ਜਾਂ ਉਹਨੂੰ ਸਜ਼ਾ ਮਿਲਦੀ ਆ ਤਾਂ ਇਸ ਸੰਬੰਧੀ ਜੋ ਵੀ ਉਹਦਾ ਰਿਕਾਰਡ ਹੋਊਗਾ ਉਹ ਗੁਪਤ ਰਿਕਾਰਡ ਵਿੱਚ ਸ਼ਾਮਿਲ ਕੀਤਾ ਜਾਊਗਾ। ਦੋਸਤੋ ਗ੍ਰੇਡਬੰਦੀ ਕੀਤੀ ਜਾਂਦੀ ਹੈ ਦਰਜਾਬੰਦੀ A+ ਹੁੰਦਾ ਜੀ A ਹੁੰਦਾ B+ BC ਇਹ ਦੋਸਤੋ ਅੰਕਾਂ। ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ ਦੋਸਤੋ।